सो बच्चियां दी सब तो सस्ती बैटरी ऑपरेटर गड्डी ओ भी सिर्फ तो सिर्फ 500 रुपए दी गड्डियां दी क्वालिटी जेरी है आ देखो गड्डी दी क्वालिटी ओनली 7000 रेंज इच गड्डी है 7000 दी सर एसी वाली बिल्कुल एसी वाली गड्डी है जी आ एसी चल रहे देखो ਤੁਸੀਂ ਆ ਕੇ ਕਸਟਮਰ ਮੈਂ ਕਹਿਣਾ ਚਾਹੂੰਗਾ ਆ ਕੇ ਗੱਡੀ ਦੇਖੋ ਔਰ ਮਹਿਸੂਸ ਕਰੋ ਕਿ ਏਸੀ ਦੋਨੇ ਪਾਸੇ ਚੱਲਦਾ ਜੀ ਦੋਨੇ ਪਾਸੇ ਆ ਦੇਖੋ ਬਿਲਕੁਲ ਜੀ ਇਹ ਰੌਕਿੰਗ ਫੀਚਰ ਹੈ ਬੱਚੇ ਨੂੰ ਬਿਠਾਓ ਤੇ ਰੌਕਿੰਗ ਸਿਸਟਮ ਨਾਲ ਬੱਚੇ ਨੂੰ ਇੰਜੋਏ ਕਰਾਓ ਫਸਟ ਟਾਈਮ ਜਿਹੜੀ ਡੋਰ ਓਪਨੇਬਲ ਗੱਡੀ ਐਦਾਂ ਇਹ ਡੋਰ ਓਪਨ ਹੈ ਜੀ ਆ ਦੇਖੋ ਜੀ ਬੁਲੇਟ ਬਾਈਕ ਆ ਗਿਆ ਤੁਸੀਂ ਵੀਲਸ ਦੇ ਵਿੱਚ ਲਾਈਟਿੰਗ ਫੰਕਸ਼ਨ ਦੇਖੋ ਹੈਂਡ ਐਕਸੀਲੇਟਰ ਹੈ ਆ ਦੇਖੋ ਜੀ ਹੈਂਡ ਐਕਸੀਲੇਟਰ ਲਾਈਟਿੰਗ ਫੰਕਸ਼ਨ ਬੜਾ ਅੱਛਾ ਕੁਆਲਿਟੀ ਬਹੁਤ ਅੱਛੀ ਆ ਦੇਖੋ ਲਾਈਟਿੰਗ ਫੀਚਰ ਇਹਦਾ ਸੋ ਨਾਲ ਵੀਡੀਓ ਸ਼ੇਅਰ ਵੀ ਕਰਨੀ ਆ ਸ਼ੇਅਰ ਕਰਨ ਤੇ ਤੁਹਾਨੂੰ ਹੈੱਡਫੋਨ ਦਿੱਤੇ ਜਾਏਗੇ 10 ਬੰਦਿਆਂ ਨੂੰ ਬਿਲਕੁਲ ਬਿਲਕੁਲ ਫ੍ਰੀ ਆ ਯੈਲੋ ਕਲਰ ਦੀ ਗੱਡੀ ਹੈ ਪੋਰਸ਼ ਇਹਦੇ ਚ ਕਲਰ ਤੁਹਾਨੂੰ ਮਿਲ ਜਾਣੇ ਰੈੱਡ ਵੀ ਮਿਲ ਜਾਣਾ ਇਹਦੇ ਚ ਮਿਲ ਜੂਗਾ ਬਲੈਕ ਕਲਰ ਯੈਲੋ ਕਲਰ ਡਿੱਕੀ ਵੀ ਨਾਲ ਹੈ ਜੀ ਰਾਜੋ ਭਾਈ ਦਿਖਾਓ ਕੋ ਡਿੱਕੀ ਵੀ ਨਾਲ ਹੈ ਦੇ ਆ ਦੇਖੋ ਜੀ ਮਨੇ ਨਵਾਂ ਬੱਚੇ ਛੋਟੇ ਮੋਟੇ ਟਾਇਜ਼ ਰੱਖ ਕੇ ਆਰਾਮ ਨਾਲ ਇਹਦੇ ਵਿੱਚ ਬੇਫਿਕਰ ਹੋ ਕੇ ਤੁਸੀਂ ਗੱਡੀ ਲੈ ਕੇ ਜਾਓ 1 ਸਾਲ ਤੋਂ ਰਿਪੇਅਰ ਦੀ ਅਸੀਂ ਕੋਈ ਚਾਰਜ ਨਹੀਂ ਲੈਂਦੇ ਜਿੱਤੇ ਤੁਹਾਨੂੰ 6500 ਰੁਪਏ ਦੇ ਵਿੱਚ बैटरी ऑपरेटेड कार मिलन जा रही है बच्चों लई जेरी की मेरा खुला चैलेंज है किसे कोई 6500 रुपए दे विच तुहानू बैटरी ऑपरेटेड जीप या कार दे दवे मैं पूरा चैलेंज करदा जी ऑल ओवर पंजाब ऑल ओवर इंडिया नू कि 6500 रुपए दे विच तुहानू एदा दी विंटेज गड्डियां जेड़ियां की मिलनियां तुहानू सरदार जी टॉयज ते जेड़ियां चलनियां रिमोट दे नाल भी और चलनी है एक्सीलेटर दे नाल भी जी एक पेंटेड गड्डी है एक नॉन पेंटेड है जेरी की रिमोट ते भी ऑपरेट होंदी है एक्सीलेटर ते भी चलदी है और म्यूजिक सिस्टम है दे अंदर लग्या होया है चार्जेबल गड्डी है डबल मोटर डबल बैटरी दे नाल बहुत ही सिलेक्टेड मॉडल आ गए जी विंटेज कार दा हरेक नु शौक हुंदा बच्चियां नु वड्डियां नु आ जीप जित्ते तुसी बैठे होए सी एदे विच 6 मोटर्स लगियां होईयां जी 4 मोटर चक्कियां नु उस तों बाद डोर ओपनेबल है ਹਾਰਨ ਸਿਸਟਮ ਮਿਊਜ਼ਿਕ ਸਿਸਟਮ ਬਲੂਟੁੱਥ ਦੇ ਨਾਲ ਸੋ ਗੱਡੀ ਤੁਸੀਂ ਦੇਖੋ ਸ਼ੌਕਰ ਸਿਸਟਮ ਦੇਖੋ ਪੂਰੇ ਵਧੀਆ ਸ਼ੌਕਰ ਲੱਗੇ ਹੋਏ ਇਹਦੇ ਵਿੱਚ ਬਹੁਤ ਹੀ ਸੋਹਣੀ ਤੇ ਬੜੀ ਰੀਜ਼ਨੇਬਲ ਗੱਡੀ ਕੋਈ ਵੀਡੀਓ ਸ਼ੇਅਰ ਕਰਨ ਤੇ ਵੀ ਹੈੱਡਫੋਨ ਮਿਲਨੇ ਆ ਔਰ ਜਿਹੜਾ ਵੀ ਆ ਕੇ ਗੱਡੀ ਪਰਚੇਸ ਕਰਦਾ ਉਹਨੂੰ ਅਸੀਂ ਫ੍ਰੀ ਖਾਲੀ ਨਹੀਂ ਜਾਣ ਦੇਣਾ ਉਹਨੂੰ ਗਿਫਟ ਦੇ ਕੇ ਤੋਰਾਂਗੇ ਜੀ ਆ ਲੇਟੈਸਟ ਗੱਡੀ ਆਈ ਹੈ ਜਿਹੜੀ ਕਾਫੀ ਤੱਕੜ ਗੱਡੀ ਆ ਤੁਸੀਂ ਲਾਈਟਿੰਗ ਫੰਕਸ਼ਨ ਦੇਖ ਸਕਦੇ ਹੋ ਇਹਦਾ ਸ਼ੌਕਰ ਸਿਸਟਮ ਹੈ ਇਹਦੇ ਅੰਦਰ ਵੀ ਔਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਤੁਸੀਂ ਇਹਦਾ ਡੈਸ਼ਬੋਰਡ ਦੇਖੋ ਕਲਰਫੁਲ ਡੈਸ਼ਬੋਰਡ ਕਲਰਫੁਲ ਸਟੀਅਰਿੰਗ ਸੋ ਸਿੰਗਲ ਕਲਰ ਦੇ ਵਿੱਚ ਬ੍ਰਾਊਨ ਕਲਰ ਦੇ ਵਿੱਚ ਤੁਸੀਂ ਦੇਖ ਸਕਦੇ ਸਾਰਾ ਇੰਟੀਰੀਅਰ ਇਹਦਾ ਕਿਸੇ ਵੀ ਗੱਡੀ ਨੂੰ ਆ ਡੋਰ ਓਪਨੇਬਲ ਜਿਹੜੇ ਆ ਜੀ ਰਿਮੋਟ ਇਹਦੇ ਤੇ ਬਟਨ ਤੇ ਆ ਆ ਦੇਖੋ ਜੀ ਆ ਲੋ ਫਸਟ ਟਾਈਮ ਜਿਹੜੀ ਡੋਰ ਓਪਨੇਬਲ ਗੱਡੀ ਐਦਾਂ ਇਹ ਡੋਰ ਓਪਨ ਹੈ ਜੀ ਆ ਦੇਖੋ ਚਾਰੇ ਚੱਕਿਆਂ ਦੇ ਵਿੱਚ ਲਾਈਟ ਵੀ ਆ ਦੇਖੋ 4 ਵੀਲਸ ਦੇ ਵਿੱਚ ਲਾਈਟ ਉਸ ਤੋਂ ਬਾਅਦ ਕਾਫੀ ਸੋਲਿਡ ਗੱਡੀ ਆ 100% ਇੰਡੀਅਨ ਗੱਡੀ ਹੈ ਫਸਟ ਟਾਈਮ ਇੰਡੀਆ ਦੇ ਵਿੱਚ ਬੈਟਰੀ ਆਪਰੇਟਡ ਕਾਰ ਆਈ ਹੈ ਜੀ ਇਹਦਾ ਰਿਮੋਟ ਦੇਖੋ ਰਿਮੋਟ ਦੇ ਵਿੱਚ ਸਾਰੇ ਫੀਚਰ ਹੈ ਰਿਮੋਟ ਨੂੰ ਤੁਸੀਂ ਲਾਈਟ ਆਨ ਕਰ ਸਕਦੇ ਹੋ ਰਿਮੋਟ ਨਾਲ ਗੱਡੀ ਨੂੰ ਆਨ ਆਫ ਕਰ ਸਕਦੇ ਹੋ ਰਿਮੋਟ ਨਾਲ ਹੀ ਗੱਡੀ ਤੁਸੀਂ ਪੂਰੀ ਆਪਰੇਟ ਕਰ ਸਕਦੇ ਹੋ ਹਰ ਫੰਕਸ਼ਨ ਰਿਮੋਟ ਦੇ ਅੰਦਰ ਲੱਗਿਆ ਹੋਇਆ ਜੀ ਉਹ ਚੀਜ਼ ਦਿਖਾਓ ਜੀ ਦੀ ਵੀਡੀਓ ਬੜੀ ਵਾਇਰਲ ਹੈ ਚਾਈਨੀਜ਼ ਗਰਲਸ ਵੀਡੀਓ ਪਾ ਰਹੀ ਹੈ ਸਭ ਵੀਡੀਓਜ਼ ਪਾ ਰਹੇ ਦੀ ਸੋ ਆਹ ਗੱਡੀ ਤੁਸੀਂ ਦੇਖੋ ਜੀ ਕਾਫੀ ਸੋਲਿਡ ਗੱਡੀ ਹੈ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਆ ਦੇਖੋ ਥੱਲੇ ਮੋਟਰ ਵਧੀਆ ਲੱਗੀ ਹੈ ਚਾਰੇ ਚੱਕਿਆਂ 'ਚ ਮੋਟਰ ਉਹ ਬਹੁਤ ਹੀ ਸੋਲਿਡ ਬੜੀ ਸੋਹਣੀ ਗੱਡੀ ਹੈ ਇੱਥੇ ਤੁਸੀਂ ਜੇ ਤੁਸੀਂ ਚੈਲੰਜ ਕਰੋ ਕਿ ਮੈਂ ਇੱਥੇ 90 ਕਿਲੋ ਵੇਟ ਪਾ ਕੇ ਚਲਾ ਕੇ ਦਿਖਾਵਾਂ ਤਾਂ 90 ਕਿਲੋ ਵੇਟ ਵੀ ਤੁਸੀਂ ਪਾ ਸਕਦੇ ਹੋ ਰਿਮੋਟ ਦੇਖੋ ਤੁਸੀਂ ਇਹਦਾ ਸਪੀਡ ਦਿੱਤੀਆਂ ਹੋਈਆਂ ਤੁਸੀਂ ਬੱਚਿਆਂ ਦੀ 1 ਸਪੀਡ 2nd ਸਪੀਡ 3rd ਸਪੀਡ ਸੋ ਸਪੀਡ ਵੀ ਤੁਸੀਂ ਆਪਣੇ ਹਿਸਾਬ ਸੈੱਟ ਕਰ ਸਕਦੇ ਹੋ ਔਰ ਤੁਸੀਂ ਇਹਦੀ ਕੁਆਲਿਟੀ ਦੇਖੋ ਬਹੁਤ ਹੀ ਸੁਪੀਰੀਅਰ ਤੇ ਬੜੀ ਸੋਹਣੀ ਕੁਆਲਿਟੀ ਬਹੁਤ ਹੀ ਵਧੀਆ ਚੀਜ਼ ਹੈ ਤੁਸੀਂ ਇਹਦਾ ਸਕਰੀਨਸ਼ਾਟ ਲਓ ਤੇ ਜਲਦੀ ਤੋਂ ਜਲਦੀ ਨਾਲ ਇਹਨਾਂ ਫ੍ਰੀ ਗਿਫਟ ਵੀ ਲੈ ਕੇ ਜਾਓ ਸੋ ਗੱਡੀ ਆ ਗਈ ਤੁਸੀਂ ਇਹਦਾ ਇੰਟੀਰੀਅਰ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਜੇ ਮਰਸੀਡੀਜ਼ ਦੇ ਲੋਗੋ ਲੱਗੇ ਆ ਮਰਸੀਡੀਜ਼ ਦਾ ਲੋਗੋ ਲੱਗੇ ਆ ਜਿਹਦੇ ਸਟੀਅਰਿੰਗ ਤੇ ਮਰਸੀਡੀਜ਼ ਲੋਗੋ ਲੱਗੇ ਆ ਵੀਲਸ ਦੇ ਅੰਦਰ ਦੇਖੋ ਇੰਟੀਰੀਅਰ ਵੀਲਸ ਆ ਅਲਾਈ ਵੀਲ ਦੇਖੋ ਮਰਸੀਡੀਜ਼ ਦੇ ਲੋਗੋ ਦੇ ਨਾਲ ਸੋ ਕੰਪਨੀ ਨੇ ਕਾਪੀਰਾਈਟਸ ਦਿੱਤੇ ਤਾਂ ਇਹਨੂੰ ਮਰਸੀਡੀਜ਼ ਦੇ ਲੋਗੋ ਲੱਗੇ ਆ ਦੇਖੋ ਜੀ ਡੋਰ ਕਿੰਨੇ ਪਿਆਰ ਨਾਲ ਖੁੱਲਦੇ ਆ ਔਰ ਤੁਸੀਂ ਗੱਡੀ ਦੇਖੋ ਜਦੋਂ ਮੈਂ ਗੱਡੀ ਚਲਾਉਂਗਾ ਰਿਮੋਟ ਤੇ ਸੋ ਗੱਡੀ 'ਚ ਬਿਲਕੁਲ ਵੀ ਜ਼ੀਰੋ ਆਵਾਜ਼ ਜਿਵੇਂ ਕੋਈ ਆਵਾਜ਼ ਨਹੀਂ ਸਾਇਲੈਂਟ ਮੋਡ ਤੇ ਗੱਡੀ ਚੱਲਦੀ ਹੈ ਇਹਦਾ ਗੀਅਰ ਫੰਕਸ਼ਨ ਦੇਖੋ ਜੀ ਆ ਗੀਅਰ ਹੈ ਇਹਦਾ ਮਿਊਜ਼ਿਕ ਸਿਸਟਮ ਹੈ ਇਹਦਾ ਲਾਈਟਿੰਗ ਫੰਕਸ਼ਨ ਇੱਥੇ ਆ ਬਲੋਰ ਲੱਗਿਆ ਹੋਇਆ ਹੈ ਏਸੀ ਬਕਾਇਦਾ ਪ੍ਰੋਪਰ ਏਸੀ ਚੱਲ ਰਿਹਾ ਤੁਸੀਂ ਬਿਲਕੁਲ ਏਸੀ ਵਾਲੀ ਗੱਡੀ ਹੈ ਜੀ ਆ ਏਸੀ ਚੱਲ ਰਿਹਾ ਦੇਖੋ ਤੁਸੀਂ ਆ ਕੇ ਕਸਟਮਰ ਮੈਂ ਕਹਿਣਾ ਚਾਹੂੰਗਾ ਆ ਕੇ ਗੱਡੀ ਦੇਖੋ ਔਰ ਮਹਿਸੂਸ ਕਰੋ ਕਿ ਏਸੀ ਦੋਨੇ ਪਾਸੇ ਚੱਲਦਾ ਜੀ ਦੋਨੇ ਪਾਸੇ ਆ ਦੇਖੋ ਰੱਖੋ ਬੇਟੇ ਨੀਚੇ ਰੱਖੋ ਮੈਂ ਚਲਾ ਕੇ ਦਿਖਾਵਾਂ ਤੁਸੀਂ ਦੇਖੋ ਜੀ ਏਸੀ ਗੱਡੀ ਦੇ ਵਿੱਚ ਦੋਨੇ ਪਾਸੇ ਚੱਲ ਰਹੀ ਹੈ ਬਹੁਤ ਸੋਹਣੀ ਗੱਡੀ ਹੈ ਬਹੁਤ ਸੁਪੀਰੀਅਰ ਗੱਡੀ ਹੈ ਕਲਰ ਮਿਲ ਜਾਣਗੇ ਦੋ ਰੈੱਡ ਐਂਡ ਵਾਈਟ
सो देखो जी मतलब कि नाल गियर सिस्टम पूरा लग्या होया एसी चलदा पिया जी हजे तक भी एसी चलदा रहूगा तुसी तुहाडे को ऑप्शनल है एसी बंद कर सकदे हो एसी दा तुसी ब्लोअर घटा वधा सकदे हो लो हाई कर सकदे हो आ सिस्टम पूरा बनया है जी लो हाई करन दा एसी नूं तुसी लो हाई कर सकदे हो एसी दी हवा उत्ते नीवे कर सकदे हो बहुत ही ज्यादा सोहनी चीज है लाइटिंग फंक्शन तुसी घटा मतलब हर चीज जिद्दां अपनी ओरिजिनल मर्सिडीज दे अंदर हुंदी है ਉਦਾਂ ਗੱਡੀ ਬਣੀ ਹੋਈ ਹੈ ਤੁਸੀਂ ਦੇਖੋ ਲੁੱਕ ਹੈ ਜੀ ਦੇਖੋ ਕਿੰਨੀ ਪਿਆਰੀ ਹੈ ਆ ਯੈਲੋ ਕਲਰ ਦੀ ਗੱਡੀ ਹੈ ਪੋਰਸ਼ ਇਹਦੇ ਚ ਕਲਰ ਤੁਹਾਨੂੰ ਮਿਲ ਜਾਣੇ ਰੈੱਡ ਵੀ ਮਿਲ ਜਾਣਾ ਇਹਦੇ ਚ ਮਿਲ ਜੂਗਾ ਬਲੈਕ ਕਲਰ ਯੈਲੋ ਕਲਰ ਤੇ ਹੋਰ ਵਧੀਆ ਔਰ ਰਿਮੋਟ ਤੇ ਦੇਖੋ ਜੀ ਸਾਰੀਆਂ ਗੱਡੀਆਂ ਰਿਮੋਟ ਕੰਟਰੋਲ ਐਕਸੀਲੇਟਰ ਦੇ ਨਾਲ ਚੱਲਦੀ ਹੈ ਬੱਚਾ ਆਪ ਚਲਾਉਣਾ ਚਾਹੇ ਆਪ ਚਲਾ ਲੇ ਜੇ ਛੋਟਾ ਬੱਚਾ ਹੈ ਤਾਂ ਤੁਸੀਂ ਉਹਨੂੰ ਸੇਫਟੀ ਬੈਲਟ ਲਗਾ ਕੇ ਆ ਸੇਫਟੀ ਬੈਲਟ ਵੀ ਦਿੱਤੀ ਹੋਈ ਹੈ ਸੋ ਸੇਫਟੀ ਬੈਲਟ ਲਗਾ ਕੇ ਕਾਫੀ ਖੁੱਲਾ ਡੁੱਲਾ ਪੀਸ ਹੈ ਤੁਸੀਂ ਜਿੱਦਾਂ ਮਰਜ਼ੀ ਆਪਰੇਟ ਕਰ ਸਕਦੇ ਹੋ ਆ ਦੇਖੋ ਸੋ ਤੁਸੀਂ ਦੇਖੋ ਜੀ ਆਪਰੇਟ ਕਰ ਸਕਦੇ ਬੱਚਿਆਂ ਦੀਆਂ ਗੱਡੀਆਂ ਨੂੰ ਤੇ ਨਾਲ ਦੇਖੋ ਜੀ ਸਾਰੀਆਂ ਗੱਡੀਆਂ ਬੜੀਆਂ ਹੈਵੀ ਡਿਊਟੀ ਤੁਸੀਂ ਦੇਖੋ ਬਿਲਕੁਲ ਸੋਲਿਡ ਬਿਲਕੁਲ ਸੋਲਿਡ ਗੱਡੀਆਂ ਨੇ ਜੀ ਜਿੱਦਾਂ ਮਰਜ਼ੀ ਚਲਾਓ ਔਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣਾ ਚਾਹੂੰਗਾ ਕਿ ਬੇਫਿਕਰ ਹੋ ਕੇ ਤੁਸੀਂ ਗੱਡੀ ਲੈ ਕੇ ਜਾਓ 1 ਸਾਲ ਤੋਂ ਰਿਪੇਅਰ ਦੀ ਅਸੀਂ ਕੋਈ ਚਾਰਜ ਨਹੀਂ ਲੈਂਦੇ ਜਿਹੜਾ ਸਮਾਨ ਪੈਂਦਾ ਹੋਊਗਾ ਜਿਵੇਂ ਤੁਸੀਂ ਬੈਟਰੀ ਦੀ ਅਗਰ ਨਹੀਂ ਸੰਭਾਲ ਕਰਦੇ ਤਾਂ ਉਹ ਖਰਾਬ ਹੋ ਸਕਦੀ ਹੈ ਚਾਰਜਰ ਉਦੋਂ ਖਰਾਬ ਹੋ ਜਾਂਦਾ ਜੋ ਆਪਾਂ ਸੰਭਾਲ ਨਹੀਂ ਕਰਦੇ ਅਦਰਵਾਈਜ਼ ਕੁਝ ਵੀ ਅਜ ਖਰਾਬ ਨਹੀਂ ਹੋਣਾ ਔਰ ਤੁਹਾਨੂੰ ਫ੍ਰੀ ਆਫ ਕਾਸਟ ਜਿਹੜੀ ਹੈ ਰਿਪੇਅਰ ਦਿੱਤੀ ਜਾਂਦੀ ਹੈ ਸਾਲ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗੱਡੀਆਂ ਦੀ ਕੁਆਲਿਟੀ ਜਿਹੜੀ ਹੈ ਆ ਦੇਖੋ ਹੁਣ ਗੱਡੀ ਦੀ ਕੁਆਲਿਟੀ ਓਨਲੀ 7000 ਰੇਂਜ ਵਿੱਚ ਗੱਡੀ ਹੈ 7000 ਦੀ ਜੀਪ ਹੈ ਜੀ ਓਨਲੀ 7000 ਦੀ 7000 ਦੀ ਜੀਪ ਸਿਰਫ 7000 ਦੀ ਜੀਪ ਹੈ ਜੀ ਔਰ ਮੈਂ ਗਾਰੰਟੀ ਦਿੰਨਾ ਚੈਲੰਜ ਕਰਦਾ ਕਿ 7000 ਦੀ ਕੋਈ ਜੀਪ ਦੇ ਜੇ ਰਿਮੋਟ ਕੰਟਰੋਲ ਸੋ ਬਹੁਤ ਸੋਹਣੀ ਰਿਮੋਟ ਕੰਟਰੋਲ ਆ ਦੇਖੋ ਇੱਕ ਚੀਜ਼ ਮਹਿਕ ਜੀ ਮੈਂ ਤੁਹਾਨੂੰ ਹੋਰ ਕਹਿਣਾ ਚਾਹੂੰਗਾ ਸਾਡੇ ਕੋਲ ਤੁਹਾਨੂੰ ਮਿਲਣੇ ਆ ਓਰਿਜਨਲ ਚੀਜ਼ ਆ ਦੇਖੋ ਜਿਹੜਾ ਰਿਮੋਟ ਜਿਹਦੇ ਨਾਲ ਆ ਗਿਆ ਅਸੀਂ ਨਾਲ ਹੀ ਉਹਨੂੰ ਥੈਲੀ ਨਾਲ ਬੰਦ ਕਰ ਦੇਣਾ ਕੋਈ ਰਿਮੋਟ ਕਿਸੇ ਦਾ ਕਿਸੇ ਨੂੰ ਨਹੀਂ ਦੇਣਾ ਓਰਿਜਨਲ ਚੀਜ਼ ਮਿਲਣੀ ਆ ਓਰਿਜਨਲ ਚਾਰਜਰ ਮਿਲਣੇ ਆ ਗਾਰੰਟੀ ਦੇ ਨਾਲ ਕੁਆਲਿਟੀ ਨਾਲ ਚੀਜ਼ ਮਿਲਣੀ ਆ ਦੇਖੋ ਇਹਦੀ ਸਪੀਡ ਦੇਖੋ ਆ ਦੇਖੋ ਮਤਲਬ ਕਿ ਕਲਰ ਤੁਸੀਂ ਦੇਖੋ ਪੇਂਟਡ ਗੱਡੀ ਹੈ ਰੈੱਡ ਕਲਰ ਬਲੂ ਕਲਰ ਤੁਹਾਨੂੰ ਪੇਂਟਡ ਗੱਡੀ ਮਿਲਣੀ ਹੈ ਔਰ ਤੁਸੀਂ ਦੇਖੋ 7000 ਦੇ ਵਿੱਚ ਆ ਚੀਜ਼ ਨਹੀਂ ਮਿਲ ਸਕਦੀ ਗਾਰੰਟੀ ਹੈ ਵਾਕਈ ਨਹੀਂ ਮਿਲ ਸਕਦੀ ਸਰ ਤੇ ਜਿਹੜੀ ਤੁਸੀਂ ਟੈਕਨੋਲੋਜੀ ਲੈ ਕੇ ਆਏ ਆ ਉਹ ਤਾਂ ਮਤਲਬ ਕਿ ਅਵੇਲੇਬਲ ਹੀ ਨਹੀਂ ਹੁੰਦੀ ਹੋਰ ਫਿਰ ਅਸੀਂ ਇਹਨਾਂ ਨਾਲ ਤੁਹਾਨੂੰ ਗਿਫਟ ਵੀ ਦੇ ਦੇਣੇ ਆ ਜਿਹੜਾ ਅਸੀਂ ਬਿਲਕੁਲ ਜਿਹੜਾ ਅਸੀਂ ਪ੍ਰੋਮਿਸ ਕਰਦੇ ਆ ਗਿਫਟ ਤਾਂ ਦੇਣੇ ਆ ਕਿ ਇੰਨੀ ਦੂਰੋਂ ਜਿਹੜਾ ਤੁਸੀਂ ਮਾਣ ਕਰਕੇ ਪਿਆਰ ਕਰਕੇ ਆਨੇ ਹੋ ਸਾਡੇ ਤੋਂ ਸਮਾਨ ਲੈ ਸੋ ਅਸੀਂ ਗਿਫਟ ਤੁਹਾਨੂੰ ਜ਼ਰੂਰ ਦੇਣੇ ਆ ਔਰ ਤੁਹਾਡੇ ਤੋਂ ਰਿਵਿਊ ਵੀ ਵਧੀਆ ਲੈਣੇ ਆ ਸੋ ਇਹ ਟੋਕਨ ਆਫ ਲਵ ਆ ਤਾਂ ਕਿ ਤੁਸੀਂ ਇੱਡੀ ਦੂਰੋਂ ਆਉਂਦੇ ਆ ਗੱਡੀਆਂ ਲੈਣ ਆਉਂਦੇ ਆ ਭਰੋਸਾ ਕਰਕੇ ਟਰਸਟ ਨਾਲ ਆਉਂਦੇ ਆ ਜੀ ਤੁਸੀਂ ਦੇਖੋ ਟਰਸਟ ਨਾਲ ਆਉਂਦੇ ਹੋ ਅਸੀਂ ਵੀ ਸ਼ੌਕ ਰੱਖਦੇ ਆ ਵੀ ਤੁਸੀਂ ਆਓ ਔਰ ਤੁਸੀਂ ਸਾਨੂੰ ਚੰਗੇ ਰਿਵਿਊ ਦਿਓ ਵਧੀਆ ਕੁਆਲਿਟੀ ਵਾਲੀ ਤੁਹਾਨੂੰ ਚੀਜ਼ ਦੇਣੀ ਹੈ ਵਧੀਆ ਚੀਜ਼ ਦੇ ਕੇ ਭੇਜਣਾ ਤੁਹਾਨੂੰ ਬੈਟਰੀ ਆਪਰੇਟਡ ਕਾਰਾਂ ਬੜੀਆਂ ਬਾਈਕਸ ਬਹੁਤ ਹੈ ਬੈਟਰੀ ਆਪਰੇਟਡ ਸੋ ਤੁਹਾਨੂੰ ਦੋ ਬਾਈਕਸ ਵੀ ਮੈਂ ਦਿਖਾਉਣਾ ਚਾਹੂੰਗਾ ਬੈਟਰੀ ਆਪਰੇਟਡ ਆ ਬੁਲਟ ਬਾਈਕ ਕਰਿਓ ਜੀ ਸੋ ਬੁਲਟ ਬਾਈਕ ਵੀ ਇੱਥੇ ਹੈਗੀਆਂ ਐਕਟਿਵਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਹ ਵੀ ਹੈਗੀਆਂ ਜੀ ਨਾਲ ਨਾਲ ਤੁਸੀਂ ਦੇਖੋ ਜੀ ਕਿੰਨੇ ਵਧੀਆ ਵਧੀਆ ਮਾਡਲ ਲੱਗੇ ਹੋਏ ਆ ਤੁਸੀਂ ਦੇਖੋ ਮਤਲਬ ਕਿ ਬੱਚਿਆਂ ਦੇ ਹਰ ਪਸੰਦ ਤੁਹਾਨੂੰ ਇੱਥੇ ਮਿਲ ਜੇਗੇ ਜੀ ਆ ਦੇਖੋ ਜੀ ਬੁਲਟ ਬਾਈਕ ਆ ਗਿਆ ਤੁਸੀਂ ਵੀਲਸ ਦੇ ਵਿੱਚ ਲਾਈਟਿੰਗ ਫੰਕਸ਼ਨ ਦੇਖੋ ਹੈਂਡ ਐਕਸੀਲੇਟਰ ਹੈ ਆ ਦੇਖੋ ਜੀ ਹੈਂਡ ਐਕਸੀਲੇਟਰ ਹੁਣ ਮੈਂ ਤੁਹਾਨੂੰ ਇੰਨਾ ਵੱਡਾ ਜਿਹਾ ਸਾਡਾ ਸੇਲਸਮੈਨ ਹੈ ਉਹ ਤੁਹਾਨੂੰ ਚਲਾ ਕੇ ਦਿਖਾ ਦੂਗਾ ਬੇਟੇ ਬੈ ਕੇ ਚਲਾ ਕੇ ਦਿਖਾਓ ਸੋ ਦੇਖੋ ਜੀ ਤੁਸੀਂ ਇੱਕ ਲੁੱਕ ਕਰਕੇ ਦੇਖੋ ਜੀ ਆ ਮੁੰਡਾ ਚਲਾ ਕੇ ਤੁਹਾਨੂੰ ਦਿਖਾ ਸਕਦਾ ਤੇ ਤੁਹਾਡਾ ਬੱਚਾ ਕਿੰਨਾ ਸੋਹਣਾ ਚਲਾ ਸਕਦਾ ਐਕਸੀਲੇਟਰ ਨਾਲ ਚਲਾਓ ਬਹੁਤ ਹੀ ਸੋਹਣੀ ਚੀਜ਼ ਆ ਦੇਖੋ ਸੋ ਪੂਰੀਆਂ ਦੇਖੋ ਗੱਡੀਆਂ ਦਾ ਹੈਵੀ ਡਿਊਟੀ ਸੀਗੀਆਂ ਬਟ ਇਹਨਾਂ ਦੇ ਬੁਲਟ ਬਾਈਕਾਂ ਵੀ ਹੈਵੀ ਡਿਊਟੀਆਂ ਨੇ ਜੀ ਬੁਲਟ ਬਾਈਕ ਵੀ ਹੈਵੀ ਡਿਊਟੀ ਹੈ ਉਸ ਤੋਂ ਬਾਅਦ ਜਿਹੜੇ ਦੇ ਵੀਲਸ ਦੇ ਵਿੱਚ ਲਾਈਟਿੰਗ ਫੀਚਰ ਹੈ ਪੈਨ ਡਰਾਈਵ ਸਿਸਟਮ ਹੈ 뮤직 ਸਿਸਟਮ ਹੈ ਮਤਲਬ ਬੱਚੇ ਦੀ ਜਿਹੜੀ ਲੋੜ ਹੁੰਦੀ ਹੈ ਜਿੱਦਾਂ ਉਹ ਚਾਹੁੰਦਾ ਮੇਰੇ ਪਾਪਾ ਦੀ ਗੱਡੀ 'ਚ ਵਧੀਆ ਸਟੀਰੀਓ ਲੱਗੇ ਆ ਉਦਾਂ ਦਾ ਸਟੀਰੀਓ ਜਿਹੜਾ ਉਹ ਮੈਨੂੰ ਵੀ ਮਿਲ ਜਾਏ ਤੇ ਸੋ ਸਾਰਾ ਸਿਸਟਮ ਹੈ ਦੇ ਅੰਦਰ 뮤직 ਸਿਸਟਮ ਬੜਾ ਵਧੀਆ ਹੈਂਡ ਐਕਸੀਲੇਟਰ ਬ੍ਰੇਕ ਲੱਗੀ ਹੋਈ ਹੈ ਸਪੀਡ ਘਟਾ ਵਧਾ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਮਤਲਬ ਬਹੁਤ ਹੀ ਸੋਹਣਾ ਬੁਲਟ ਬਾਈਕ ਕਹਿ ਲੈ ਨੂੰ ਹਾਰਲੇ ਡੇਵਿਡਸਨ ਕਰ ਲਓ ਬਹੁਤ ਹੀ ਸੋਹਣਾ ਬਾਈਕ ਹੈ ਆ ਗਿਆ KTM ਬਾਈਕ ਇਹਨੂੰ ਤੁਸੀਂ ਇਹ ਹੈਂਡ ਐਕਸੀਲੇਟਰ ਨਾਲ ਇਹਨੂੰ ਵੀ ਤੁਸੀਂ ਚਲਾ ਸਕਦੇ ਹੋ ਬਹੁਤ ਹੀ ਸੋਹਣਾ ਇਹ ਵੀ ਚੱਲਦਾ ਜੀ ਹੈਂਡ ਐਕਸੀਲੇਟਰ ਨਾਲ ਤੁਸੀਂ ਇਹਦੀ ਕੁਆਲਿਟੀ ਦੇਖੋ ਇਹਦੀ ਲੁੱਕ ਦੇਖੋ ਬਹੁਤ ਹੀ ਸੋਹਣੀ ਤੇ ਬੜੀ ਸੁਪੀਰੀਅਰ ਕੁਆਲਿਟੀ ਹੈ KTM ਦਾ ਬੱਚਿਆਂ ਨੂੰ ਬਹੁਤ ਸ਼ੌਕ ਰਿਹਾ ਸ਼ੁਰੂ ਤੋਂ ਸੋ 뮤직 ਸਿਸਟਮ ਇਹਦੇ ਅੰਦਰ ਵੀ 뮤직 ਸਿਸਟਮ ਵੀ ਹੈ ਐਕਸੀਲੇਟਰ ਹੈਂਡ ਐਕਸੀਲੇਟਰ ਹੈ ਪੈਰਾਂ ਵਿੱਚ ਬ੍ਰੇਕ ਲੱਗੀ ਹੋਈ ਹੈ ਸੋ ਬੱਚਿਆਂ ਲਈ ਬਹੁਤ ਸੇਫਟੀ ਦੇ ਹਿਸਾਬ ਨਾਲ ਬਣਾਇਆ ਗਿਆ ਸਿਸਟਮ ਨਾਲ ਬਾਈਕ KTM ਬਾਈਕ ਤੁਸੀਂ ਇਹਦੇ ਵਿੱਚ ਸਕਰੀਨਸ਼ਾਟ ਲਓ ਔਰ ਇਹਦੇ ਤੁਹਾਨੂੰ ਕਲਰ ਮਿਲ ਜਾਣਗੇ ਵਾਈਟ ਯੈਲੋ ਐਂਡ ਰੈੱਡ ਸੋ ਇਹਨਾਂ ਵੀ ਤੁਹਾਨੂੰ ਮਿਲਣਾ ਆ ਹੈੱਡਫੋਨ ਫ੍ਰੀ ਸਰ ਬਾਈਕ ਦੇ ਨਾਲ ਵੀ ਹੈੱਡਫੋਨ ਬਿਲਕੁਲ ਦੇ ਦਾਂਗੇ ਜੀ ਜਦੋਂ ਬਾਕੀ ਚੀਜ਼ਾਂ ਨਾਲ ਦੇ ਰਿਹਾ ਤੇ ਬਾਈਕ ਕਿਉਂ ਵਾਂ ਜਾ ਰਹੀ ਹੈ ਬਾਈਕ ਨਾਲ ਵੀ ਦਵਾਂਗੇ ਹੈੱਡਫੋਨ ਫ੍ਰੀ ਸੋ ਆ ਗੱਡੀ ਦੇ ਵਿੱਚ ਫੀਚਰ ਦੇਖੋ ਨਵਾਂ ਫੀਚਰ ਆ ਗਿਆ ਆ ਲਾਈਟਿੰਗ ਫੰਕਸ਼ਨ ਦੇਖੋ ਔਰ ਪੇਂਟਡ BMW ਕਾਰ ਹੈ ਜੀ ਹੈ ਪੇਂਟਡ ਕਾਰ BMW
विद रिमोट कंट्रोल सिस्टम। सो रिमोट बड़ा वधिया अंदर लग्या होया है, जिद्दां रॉकिंग सिस्टम है तुहानूं दिखा रही है, रॉकिंग फीचर बड़ा अच्छा है। सो नाल देखो जी किन्ने आ कोई रॉकिंग फीचर सर, ये कि ना तुसीं रिमोट नूं टच कीता ना, मतलब कि ये अपने आप ही इदां हुंदी पई। बिल्कुल जी, ये रॉकिंग फीचर है, बच्चे नूं बिठाओ ते रॉकिंग सिस्टम नाल बच्चे नूं एंजॉय कराओ। सो रिमोट ते भी ये गड्डी चलदी है, एक्सीलेटर ते भी चलूगी, बहुत ही सुपीरियर क्वालिटी गड्डी है, डोर ओपनेबल। सो नाल ना तुसीं एक वारी इधर आके फीचर इहदे चेक कर लो, मतलब कि किन्ने वधिया फीचर्स ने गड्डी दे विच। देखो जी किन्नियां सोहणियां सोहणियां गड्डियां, नवीं टेक्नोलॉजी वाली गड्डियां, नवें नवें और हैवी ड्यूटी है जी, इन्होंने खराब नहीं होना, इन्होंने टूटना नहीं, और सॉलिड गड्डियां वा, काफी सॉलिड चीज है, बहुत सॉलिड आइटम है। हां देखो जी पहले इहदे डोर जी नवी होने फिटिंग हुई है, बिल्कुल न्यू है, फिट कीती है सी गड्डी है। आ देखो तुसीं पेंटेड गड्डी है, रेड कलर दी पराडो। सो आ देखो तुसी चीज, और लाइटिंग फंक्शन बड़ा अच्छा, क्वालिटी बहुत अच्छी है, देखो लाइटिंग फीचर है दा। सो पराडो दी तुसी आ देखो, तुसी आ दिया फोटोग्राफ लो, स्क्रीनशॉट लो, और साडे व्हाट्सएप दित्ते नंबर आते तुसी व्हाट्सएप वीडियो पा के तुसी दसो किन्ने तुसी शेयर किते, सो तुहानू असी गिफ्ट भी नाल दईए। देखो जी आ रिमोट है दे नाल आना, न्यू गड्डी आई फिट कीती है, सेल नहीं पाए हुए। सो एक्सीलेटर नाल भी गड्डी चलूगी, रिमोट ते भी चलदी है, म्यूजिक सिस्टम इहदे अंदर है, पेंटेड गड्डी है, दो मोटर दे नाल, दो बैटरियां दे नाल, स्टीयरिंग विच भी मोटर लगी हुई है, थ्री मोटर दो बैटरी दे नाल, डिक्की भी नाल है जी, आ जाओ भाई दिखा दो, डिक्की भी नाल है दे। आ देखो जी मतलब बच्चे छोटे मोटे टॉयज रख के आराम नाल इहदे विच, आ देखो टॉयज रख के बच्चे अपनी डिक्की यूज कर सकते हैं। तो मतलब कि हुन पापा दे नाल दीयां गड्डियां भी लैनियां ने, बिल्कुल बिल्कुल जी बिल्कुल, बहुत सोहनी डोर ओपनेबल गड्डी। ऐदा दीयां रेगुलर नवी अपडेट्स लई तुसीं साडे नाल जुड़े रहो, बहुत ही नवी आइटमां दिखांदे रहांगे, और रेगुलर ਤੁਹਾਡਾ ਪ੍ਰੋਮਿਸ ਹੈ ਨਵੀਆਂ ਤੋਂ ਨਵੀਆਂ ਕਾਰਾਂ, ਨਵੀਆਂ ਜੀਪਾਂ, ਨਵੀਆਂ ਬਾਈਕਸ ਬੱਚਿਆਂ ਲਈ ਰੀਜ਼ਨੇਬਲ ਰੇਟਸ ਤੇ ਤੁਹਾਨੂੰ ਮਿਲਣਗੀਆਂ। ਸਰਦਾਰ ਜੀ ਟੋਇਜ਼ ਲੁਧਿਆਣਾ, ਸਾਡੇ ਦੋ ਸ਼ੋਰੂਮ ਹੈ, ਸਰਦਾਰ ਜੀ ਟੋਇਜ਼ ਲੁਧਿਆਣਾ ਇੱਕ ਨੀਅਰ ਬੱਸ ਸਟੈਂਡ ਦੇ ਕੋਲ ਹੈ ਮਿੱਡਾ ਚੌਂਕ ਤੇ, ਇੱਕ ਹੈਗਾ ਫੁਹਾਰੇ ਵਾਲੇ ਚੌਂਕ ਦੇ ਕੋਲ ਘੁਮਾਰ ਮੰਡੀ ਜਿੱਥੇ ਆਪਾਂ ਬੈਠੇ ਹਾਂ ਇਸ ਟਾਈਮ। ਸੋ ਸਰਦਾਰ ਜੀ ਟੋਇਜ਼ ਤੁਸੀਂ ਈਜ਼ੀ ਗੂਗਲ ਤੇ ਸਰਚ ਕਰੋ, ਸਰਦਾਰ ਜੀ ਟੋਇਜ਼ ਦੀ ਲੋਕੇਸ਼ਨ, ਸਰਦਾਰ ਜੀ ਟੋਇਜ਼ ਦੇ ਨੰਬਰ ਦਿੱਤੇ ਹੋਏ ਆ, ਤੁਸੀਂ ਸਾਨੂੰ ਈਜ਼ੀ ਕਾਲ ਕਰੋ, ਸਾਡਾ ਸਟਾਫ ਤੁਹਾਨੂੰ ਪ੍ਰੋਪਰ ਅਟੈਂਡ ਕਰੂਗਾ, ਔਰ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਆਲ ਓਵਰ ਇੰਡੀਆ, ਤੁਹਾਨੂੰ ਸਾਡੇ ਵੱਲੋਂ ਗੱਡੀਆਂ ਪਹੁੰਚਾਈਆਂ ਜਾਣਗੀਆਂ। ਸੋ ਚਾਹੇ ਤੁਸੀਂ ਗਿਫਟ ਲੈਣਾ ਆ, ਚਾਹੇ ਤੁਸੀਂ ਕਿਸੇ ਨੂੰ ਗਿਫਟ ਗਿਫਟ ਕਰਨਾ ਆ, ਸਰਦਾਰ ਜੀ ਟੋਇਜ਼ ਫਟਾਫਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਹੀਂ ਭੁੱਲਣਾ ਆਪਾਂ, ਕਿਉਂਕਿ ਗਿਫਟ ਅਸੀਂ ਰੱਖੇ ਆ ਸਿਰਫ ਤੁਹਾਡੇ ਲਈ, ਗਿਫਟ ਦੇਣੇ ਆ ਔਰ ਜ਼ਰੂਰ ਦੇਣੇ ਆ। ਵੀਡੀਓ